ਸਤਿ ਸ਼੍ਰੀ ਅਕਾਲ ਜੀ ਸਾਂਝ ਸਿੱਧੀ ਕੇ YouTube ਚੈਨਲ ਉੱਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 10ਵੀਂ ਜਮਾਤ ਦੇ ਪੰਜਾਬੀ ਦੇ A ਪੇਪਰ ਦਾ ਹੱਲ ਜਿਹੜਾ ਕਿ 9 ਜੁਲਾਈ 2021 ਨੂੰ ਹੋਇਆ ਹੈ ਇਸ ਪੇਪਰ ਦੇ ਵਿੱਚ ਪ੍ਰਸ਼ਨਾਂ ਦੇ ਸਹੀ ਉੱਤਰ ਦੱਸੇ ਜਾਣਗੇ ਤੁਸੀਂ ਆਪਣੇ ਪੇਪਰ ਦੇ ਵਿੱਚ ਜੋ ਪ੍ਰਸ਼ਨਾਂ ਦੇ ਉੱਤਰ ਕੀਤੇ ਨੇ ਉਹਨਾਂ ਨੂੰ ਨਾਲ ਮਿਲਾ ਕੇ ਆਪਣੇ ਨੰਬਰਾਂ ਦਾ ਅੰਦਾਜ਼ਾ ਲਗਾ ਸਕਦੇ ਹੋ ਆਓ ਸ਼ੁਰੂ ਕਰਦੇ ਹਾਂ ਪਹਿਲਾਂ Google Form ਓਪਨ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਪੇਜ ਤੁਹਾਡੇ ਸਾਹਮਣੇ ਆਉਂਦਾ ਹੈ ਜਿਸ ਦੇ ਵਿੱਚ ਤੁਸੀਂ ਆਪਣਾ ਜ਼ਿਲ੍ਹਾ ਤੇ ਫਿਰ ਵਿਦਿਆਰਥੀ ਦੀ ਆਈਡੀ ਭਰਨੀ ਹੁੰਦੀ ਹੈ ਉਸ ਤੋਂ ਬਾਅਦ ਪਹਿਲਾ ਪ੍ਰਸ਼ਨ ਸੋ ਕਿਉਂ ਮੰਦਾ ਆਖੀ ਹੈ ਸ਼ਬਦ ਵਿੱਚ ਕਿਸ ਦੀ ਮਹਾਨਤਾ ਨੂੰ ਦਰਸਾਇਆ ਗਿਆ ਹੈ ਪਰਮਾਤਮਾ ਦੀ स्त्री ਦੀ ਕੁਦਰਤ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਾਂ ਇਸ ਦੀ ਦੂਸਰੀ ਆਪਸ਼ਨ ਸਹੀ ਹੈ ਔਸਤਰੀ ਦੀ ਮਹਾਨਤਾ ਨੂੰ ਦਰਸਾਇਆ ਗਿਆ ਹੈ ਦੂਸਰਾ ਪ੍ਰਸ਼ਨ ਰਵਾ ਮਗਾਉਣ ਦਾ ਬਿਰਤਾਂਤ ਲੇਖ ਕਿਸ ਮਹਾਪੁਰਖ ਦੇ ਜੀਵਨ ਨਾਲ ਸੰਬੰਧਿਤ ਹੈ? ਸ੍ਰੀ ਗੁਰੂ ਨਾਨਕ ਦੇਵ ਜੀ, ਭਾਈ ਮਰਦਾਨਾ ਜੀ, ਗਿਆਨੀ ਦਿੱਤ ਸਿੰਘ ਜੀ, ਫਰਹਿੰਦਾ ਰਬਾਬੀ ਤਾਂ ਇਸ ਦੀ ਪਹਿਲੀ ਆਪਸ਼ਨ ਸਹੀ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ। ਕੁਲਫੀ ਕਹਾਣੀ ਦੀ ਘਟਨਾ ਕਿਹੜੇ ਮਹੀਨੇ ਵਿੱਚ ਵਾਪਰਦੀ ਹੈ? ਅਪ੍ਰੈਲ, ਜੁਲਾਈ, ਮਈ, ਜੂਨ ਚੌਥੀ ਆਪਸ਼ਨ ਸਹੀ ਹੈ ਜੀ ਜੂਨ ਮਹੀਨੇ ਦੇ ਵਿੱਚ ਚੌਥਾ ਪ੍ਰਸ਼ਨ ਵਜ਼ੀਰਾ ਕਿਹੜੇ ਬੰਬ ਬਣਾਉਂਦਾ ਸੀ ਪਰਮਾਣੂ ਬੰਬ ਕੈਮੀਕਲ ਬੰਬ ਟਾਂਗੇ ਦੇ ਬੰਬ ਉਪਰੋਕਤ ਸਾਰੇ ਹੀ ਤੀਸਰੀ ਆਪਸ਼ਨ ਸਹੀ ਹੈ ਜੀ ਟਾਂਗੇ ਦੇ ਬੰਬ ਪੰਜਵਾਂ ਪ੍ਰਸ਼ਨ ਬੰਤਾ ਕਿਹੜੇ ਸ਼ਹਿਰ ਵਿੱਚ ਰਿਕਸ਼ਾ ਚਲਾਉਂਦਾ ਸੀ ਅਮ੍ਰਿਤਸਰ ਪਟਿਆਲਾ ਚੰਡੀਗੜ੍ਹ ਦਿੱਲੀ ਪਹਿਲੀ ਆਪਸ਼ਨ ਸਹੀ ਹੈ ਅਮ੍ਰਿਤਸਰ ਇਹ ਹੈ ਜੀ ਖਾਲੀ ਥਾਂਵਾਂ ਭਰੋ ਪ੍ਰਸ਼ਨ ਛੇਵਾਂ ਜੋ ਹਿੰਦੂ ਅਤੇ ਮੁਸਲਮਾਨ ਸੇ ਸੋਹ ਗੁਰੂ ਨੂੰ ਸੱਦਣ ਲੱਗੇ ਖਾਲੀ ਥਾਂ ਕੁਰਾਈਏ ਦਾ ਡੂਮ ਡੂਮ ਕੁਰਾਇਆ ਮਹਾਪੁਰਖ ਤਾਂ ਇਸ ਦੀ ਤੀਸਰੀ ਆਪਸ਼ਨ ਸਹੀ ਹੈ ਜੀ ਉਹ ਗੁਰੂ ਨਾਨਕ ਦੇਵ ਜੀ ਨੂੰ ਕੁਰਾਇਆ ਸੱਦਣ ਲੱਗੇ ਸੱਤਵਾਂ ਪ੍ਰਸ਼ਨ ਕਰ ਮਨੁੱਖ ਦੇ ਨਿੱਜੀ ਖਾਲੀ ਥਾਂ ਦਾ ਕੇਂਦਰ ਹੁੰਦਾ ਹੈ ਬਲਬਲਿਆਂ ਤੇ ਸ਼ਕਸ਼ੀ ਰਹਿਣੀ ਸੁੱਖਾਂ ਦੁੱਖਾਂ ਮੈਂਬਰਾਂ ਤੇ ਰਿਸ਼ਤੇਦਾਰਾਂ ਪਹਿਲੀ ਆਪਸ਼ਨ ਬਲਬਲਿਆਂ ਤੇ ਸ਼ਕਸ਼ੀ ਰਹਿਣੀ ਅੱਠਵਾਂ ਪ੍ਰਸ਼ਨ ਪੈਸੇ ਦੀ ਤੰਗੀ ਖਾਲੀ ਥਾਂ ਦੀ ਤੰਗੀ ਤੋਂ ਭੈੜੀ ਹੁੰਦੀ ਹੈ ਥਾਂ ਰੋਟੀ ਕੱਪੜੇ ਹਵਾਲਾਤ ਚੌਥੀ ਆਪਸ਼ਨ ਸਹੀ ਹੈ ਹਵਾਲਾਤ ਦੀ ਤੰਗੀ ਤੋਂ ਭੈੜੀ ਹੁੰਦੀ ਹੈ ਮਾਸੀ ਦਾ ਸੁਭਾਅ ਬਹੁਤ ਖਾਲੀ ਥਾਂਸੀ ਭੈੜਾ ਮਿਲਾਪੜਾ ਤੇ ਮਿੱਠਾ ਚਿੜਚਿੜਾ ਛੱਕੀ ਦੂਜੀ ਆਪਸ਼ਨ ਸਹੀ ਹੈ ਜੀ ਮਿਲਾਪੜਾ ਤੇ ਮਿੱਠਾ ਦਸਵਾਂ ਪ੍ਰਸ਼ਨ ਉਸ ਦਿਨ ਮੇਰੀ ਜਾਗ ਖੁੱਲ ਗਈ ਸਵੇਰੇ ਸ਼ਾਮ 5 ਵਜੇ ਸਵੇਰੇ 6 ਵਜੇ ਸਵੇਰੇ 5 ਵਜੇ ਸ਼ਾਮੀ 6 ਵਜੇ ਇਸ ਤੀਹ ਆਪਸ਼ਨ ਸਵੇਰੇ 5 ਵਜੇ ਅੱਗੇ ਹੈ ਜੀ ਸਹੀ ਮਿਲਾਨ ਕਰੋ ਇੱਕ ਪਾਸੇ ਰਚਨਾਵਾਂ ਤੇ ਦੂਸਰੇ ਪਾਸੇ ਲੇਖਕਾਂ ਦੇ ਨਾਮ ਦਿੱਤੇ ਗਏ ਨੇ ਸਤਿਗੁਰੂ ਨਾਨਕ ਪ੍ਰਗਟਿਆ ਇਹ ਭਾਈ ਗੁਰਦਾਸ ਜੀ ਦੀ ਰਚਨਾ ਹੈ ਬੰਬ ਕੇਸ ਇਹ ਬਲਵੰਤ ਗਾਰਗੀ ਦੀ ਮੜੀਆਂ ਤੋਂ ਦੂਰ ਰਗਵੀਰ ਢੰਡ ਘਰ ਦਾ ਪਿਆਰ ਪ੍ਰਿੰਸੀਪਲ ਤੇਜਾ ਸਿੰਘ ਰਬਾਬ ਮੰਗਾਉਣ ਦਾ ਬਿਰਤਾਂਤ ਗਿਆਨੀ ਦਿੱਤ ਸਿੰਘ ਹਾਂਜੀ ਸਹੀ ਗਲਤ ਧਰਤੀ ਨੂੰ ਅਕਿਰਤ ਕਣ ਵਿਅਕਤੀ ਹੀ ਭਾਰੇ ਲੱਗਦੇ ਹਨ ਸਹੀ ਹੈ ਜੀ ਅਗਲੇ ਦਿਨ ਮੈਂ ਆਪਣਾ ਵਸਤਾ ਲੋਹੇ ਦੇ ਬਕਸੇ ਵਿੱਚ ਬੰਦ ਕਰ ਦਿੱਤਾ ਇਹ ਗਲਤ ਹੈ ਜੀ ਪਹਿਲੀ ਮਿਲਣੀ ਵਿੱਚ ਹੀ ਸਾਡਾ ਮਾਸੀ ਨਾਲ ਅੰਤਾਂ ਦਾ ਮੋਹ ਹੋ ਗਿਆ ਠੀਕ ਹੈ ਜੀ ਘਰ ਇੱਟਾਂ ਜਾਂ ਬਟਿਆਂ ਦੇ ਬਣੇ ਕੋਠੇ ਨੂੰ ਹੀ ਕਹਿੰਦੇ ਹਨ ਇਹ ਵੀ ਗਲਤ ਹੈ ਬੀਰਾਂ ਵਾਲੀ ਦਾ ਪਰਿਵਾਰ ਪਾਕਿਸਤਾਨੋਂ ਉੱਜੜ ਕੇ ਆਇਆ ਸੀ ਇਹ ਠੀਕ ਹੈ ਜੀ ਅੱਗੇ ਹੀਟ ਲੈ ਕੇ ਬਾਕ ਪੂਰੇ ਕਰੋ 21ਵਾਂ ਪ੍ਰਸ਼ਨ ਹਰ ਕਿਰਪਾ ਕਰਕੇ ਬਖਸ਼ ਲੈ ਅੱਗੇ ਖਾਲੀ ਥਾਂ ਪੂਰੀ ਕਰਨੀ ਹੈ ਜੀ ਸਭ ਕਿਲ ਵਿਖ ਕਟ ਵਿਕਾਰ ਤੂ ਬਕਸ਼ ਮਿਲਾਵਣ ਹਾਰ ਹਉ ਪਾਪੀ ਵੱਡ ਗੁਨਾਹਗਾਰ ਜਾਂ ਨਾਨਕ ਤਨਜੈਕਾਰ ਤੀਜੀ ਆਪਸ਼ਨ ਸਹੀ ਹੈ ਜੀ ਹਉ ਪਾਪੀ ਵੱਡ ਗੁਨਾਹਗਾਰ 22ਵਾਂ ਪ੍ਰਸ਼ਨ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾ ਬਣਾਈਆ ਮਨ ਵਜਿਆ ਵਧਾਈਆਂ ਮਨ ਜਨੀ ਵਸਾਇਆ ਸਤਿਗੁਰੂ ਮੈਂ ਪਾਇਆ ਪਹਿਲੀ ਆਪਸ਼ਨ ਸਹੀ ਹੈ ਜੀ ਸਬਦ ਗਾਵਣ ਆਈਆ 23ਵਾਂ ਪ੍ਰਸ਼ਨ ਮੈਨਰੇ ਆਈ ਪੁੱਛੀ ਦੀ ਤਲਵੰਡੀ ਤੇ ਰਹਿਣੇ ਵਾਲਾ ਹਾਂ ਔਰ ਖਾਲੀ ਥਾਂ ਪੂਰੀ ਕਰੋ ਮੇਰਾ ਨਾਮ ਨਾਉ ਬੀਬੀ ਨਾਨਕੀ ਹੈ ਮੇਰਾ ਨਾਮ ਮਰਦਾਨਾ ਹੈ ਮੇਰਾ ਨਾਮ ਨਾਨਕ ਹੈ ਮੇਰਾ ਨਾਮ ਫਰਹਿੰਦਰ ਰਬਾਬੀ ਹੈ ਦੂਸਰੇ ਆਪਸ਼ਨ ਸਹੀ ਹੈ ਜੀ ਮੇਰਾ ਨਾਮ ਮਰਦਾਨਾ ਹੈ 24ਵਾਂ ਪ੍ਰਸ਼ਨ ਰੁੜ ਜਾਣਿਆ ਤੈਨੂੰ 25 ਸਾਲ ਹੋ ਗਏ ਖੇਤੀ ਕਰਦੇ ਨੂੰ ਨੌਕਰੀ ਕਰਦੇ ਨੂੰ ਸ਼ਹਿਰ ਰਹਿੰਦੇ ਨੂੰ ਬੁਲਾਇਤ ਰਹਿੰਦੇ ਨੂੰ ਚੌਥੀ ਆਪਸ਼ਨ ਸਹੀ ਹੈ ਜੀ ਬੁਲਾਇਤ ਰਹਿੰਦੇ ਨੂੰ 25ਵਾਂ ਪ੍ਰਸ਼ਨ ਲਿਆਓ ਨੱਥਾ ਸਿਆ ਹੱਥ ਕੜੀਆਂ ਇਹ ਸਾਨੂੰ ਮੂਰਖ ਬਣਾਉਂਦਾ ਏ ਬੰਬ ਬਣਾਉਂਦਾ ਏ ਸਾਨੂੰ ਰਿਸ਼ਵਤ ਦਿੰਦਾ ਏ ਭੱਜਣ ਦੀ ਕੋਸ਼ਿਸ਼ ਕਰਦਾ ਏ ਸਾਨੂੰ ਮੂਰਖ ਬਣਾਉਂਦਾ ਏ ਪਹਿਲੀ ਆਪਸ਼ਨ 26ਵਾਂ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜੀ ਰਚਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ ਸੋ ਕਿਉ ਮੰਦਾ ਆਖਿਆ ਪਵਨ ਗੁਰੂ ਪਾਣੀ ਪਤਾ ਗਗਨ ਮੈਥਾਲ ਉਪਰੋਕਤ ਸਾਰੀਆਂ ਹੀ ਚੌਥੀ ਆਪਸ਼ਨ ਸਹੀ ਹੈ ਜੀ ਉਪਰੋਕਤ ਸਾਰੀਆਂ ਹੀ ਸਮਾਜ ਅਤੇ ਦੇਸ਼ ਪਿਆਰ ਕਿੱਥੋਂ ਪੈਦਾ ਹੁੰਦਾ ਹੈ ਸਕੂਲ ਦੇ ਰਸਮੀ ਸਿੱਖਿਆ ਤੋਂ ਘਰ ਦੇ ਪਿਆਰ ਤੋਂ ਕਾਨੂੰਨ ਦੀ ਮਦਦ ਨਾਲ ਸਖਤ ਸਜ਼ਾ ਦੇਣ ਨਾਲ ਦੂਸਰੀ ਆਪਸ਼ਨ ਸਹੀ ਹੈ ਜੀ ਘਰ ਦੇ ਪਿਆਰ ਤੋਂ ਵਜੀਰਾ ਡਿਊਟੀ ਦੇ ਬੂਹੇ ਨੂੰ ਠੋਕਣ ਭੰਨਣ ਲਈ ਘਰੋਂ ਕਿਹੜੇ-ਕਿਹੜੇ ਸੰਦ ਲੈ ਕੇ ਗਿਆ ਸੀ ਫਰਨਾਹੀ ਅਤੇ ਯਾਰੀ ਤੇਸਾ ਤੇ ਹਥੌੜੀ ਤੇਸਾ ਤੇ ਯਾਰੀ ਬਰਮੀ ਅਤੇ ਸੱਤਰੀ ਤੀਸਰੀ ਆਪਸ਼ਨ ਸਹੀ ਹੈ ਜੀ ਤੇਸਾ ਤਿਆਰੀ 29ਵਾਂ ਪ੍ਰਸ਼ਨ ਮਾਸੀ ਦਾ ਕੱਦ ਕਿੰਨਾ ਸੀ 5 ਫੁੱਟ 4 ਇੰਚ 4 ਫੁੱਟ 5 ਇੰਚ 5 ਫੁੱਟ 6 ਇੰਚ 6 ਫੁੱਟ 5 ਇੰਚ 5 ਫੁੱਟ 4 ਇੰਚ ਪਹਿਲੀ ਆਪਸ਼ਨ ਸਹੀ ਹੈ ਜੀ ਬੰਤਾ 9 ਸਾਲ ਵਾਲੇ ਦਿਨ ਉੱਠਦਿਆਂ ਹੀ ਆਪਣੀ ਪਤਨੀ ਤੋਂ ਕੀ ਮੰਗ ਕਰਦਾ ਹੈ ਇੱਕ ਕੱਪ ਦੁੱਧ ਬੈੱਡ ਟੀ ਗਰਮ ਪਾਣੀ ਬੇਹੀ ਰੋਟੀ ਬੈੱਡ ਟੀ ਦੂਸਰੀ ਆਪਸ਼ਨ ਸਹੀ ਹੈ ਜੀ ਇਸ ਤੋਂ ਬਾਅਦ ਤੁਸੀਂ ਆਪਣਾ ਪੇਪਰ ਸਬਮਿਟ ਕਰਨਾ ਹੁੰਦਾ ਹੈ ਤਾਂ ਇਸ ਵੀਡੀਓ ਦੇ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰਾਂ ਨਾਲ ਤੁਸੀਂ ਆਪਣੇ ਪੇਪਰ ਨੂੰ ਮਿਲਾ ਸਕਦੇ ਹੋ ਜੇਕਰ ਇਸ ਚੈਨਲ ਦੇ ਉੱਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤੇ ਨਾਲ ਹੀ ਬੈਲ ਆਈਕਨ ਦਾ ਬਟਨ ਵੀ ਦਬਾ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਅਪਡੇਟ ਤੁਹਾਨੂੰ ਆਪਣੇ ਆਪ ਮਿਲਦੇ ਰਹਿਣ ਤੇ ਨਾਲ ਹੀ ਵੀਡੀਓ ਨੂੰ ਆਪਣੇ ਸਾਥੀਆਂ ਤੱਕ ਵੀ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਉਹ ਵੀ ਇਸ ਤੋਂ ਫਾਇਦਾ ਉਠਾ ਸਕਣ ਧੰਨਵਾਦ ਜੀ ਸਤਿ ਸ਼੍ਰੀ ਅਕਾਲ